ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਸਾਰਿਆਂ ਦਾ ਅੱਜ ਵੀਡੀਓ 'ਚ ਸਤਿ ਸ਼੍ਰੀ ਅਕਾਲ ਬੁਲਾ ਦੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਫੇਰ ਬਾਈ ਆ ਦੇਖੋ ਜੀ ਹੁਣ ਪਿੱਛੇ ਤੁਹਾਨੂੰ ਟਰਾਲੀਆਂ ਖੜੀਆਂ ਦਿਖਦੀਆਂ ਹੋਣੀਆਂ ਬਸ ਤਿਆਰੀ ਹੈ ਜੀ ਹੁਣ ਮਸ਼ੀਨ ਦੀ ਉਹ ਵੇਟ ਕਰ ਰਹੇ ਆ ਬਸ ਕਾਲਾ ਆ ਜਾਵੇ ਬਸ ਫਿਰ ਕਰ ਦੇਣਾ ਕੰਮ ਸ਼ੁਰੂ ਆ ਲੱਗੇ ਹੋਏ ਨੇ ਨਿਆਣੇ ਕਰਨ ਠੀਕ ਪੱਲੀਆਂ ਪੁੱਲੀਆਂ ਦੂਜੀਆਂ ਦੋ ਜਾਂ ਠੀਕ ਹੈ ਜੀ ਥੋੜ੍ਹਾ ਜਿਹਾ ਸੀਗਾ ਆਹ ਟਰਾਲੀ ਦਾ ਉਹ ਵੀ ਚਲੋ ਕਰ ਦਿੰਦੇ ਹਾਂ ਹੁਣ ਬਾਕੀ ਫਿਰ ਤੁਹਾਨੂੰ ਦਿਖਾਉਂਦੇ ਹਾਂ ਵੱਢਦੇ ਤੇਲ ਪਾ ਰਿਹਾ ਟਰੈਕਟਰ ਟਰੂਟਰ 'ਚ ਨੁੱਕੇ ਖੜਾ ਕੰਮ ਆਹੋ ਕਾਲੇ ਦੀ ਉਡੀਕ ਹੋ ਰਹੀ ਹੈ ਦਿਖਾਉਂਦੇ ਤੁਹਾਨੂੰ ਕਾਲੇ ਨੂੰ ਆਏ ਤੋਂ ਬਾਅਦ ਦਿਖਾਉਂਦੇ ਬਾਕੀ ਫਿਰ ਚੈਨਲ 'ਤੇ ਲਓ ਜੀ ਹੁਣ ਤਿਆਰੀ ਕਰਤੀ ਸ਼ੁਰੂ ਟਰਾਲੀਆਂ ਆ ਲਿਆਂਦੀ ਕਾਲੇ ਟਰਾਲੀ ਇੱਕ ਆਪਣੀ ਟਰਾਲੀ ਹੈਗੀ ਆ ਉਹਨੂੰ ਪੱਲੜ ਪੁੱਲੜ ਪਿੱਛੇ ਮਾਮਾ ਕਰਨ ਲੱਗਿਆ ਸੈੱਟ ਟਰੈਕਟਰ ਤਿਆਰ ਆ ਕਾਲਾ ਕਹਿੰਦਾ 10:30-11 ਵਜੇ ਤੱਕ ਆ ਜਾਵਾਂਗੇ ਮੈਂ ਚਲੋ ਠੀਕ ਹੈ ਜਾਨੂੰ ਹਵਾ ਹਵਾ ਭਰਾ ਲਈ ਟਰਾਲੀ 'ਚ ਇੱਕ ਟਰਾਲੀ ਹੋਰ ਲੈ ਕੇ ਉਹਨੂੰ 'ਚ ਹਵਾ ਚੈੱਕ ਕਰਾ ਕੇ ਵੀ ਟਰੈਕਟਰ ਤੇਲ ਤੂਲ ਪਵਾ ਕੇ ਆਪਾਂ ਤਿਆਰੀ ਕਰਕੇ ਰੱਖਦੇ ਹਾਂ ਜਦ ਆ ਗਏ ਬਾ ਫਿਰ ਨਾਲ ਲੱਗਦੀ ਬੜਾਈ ਸ਼ੁਰੂ ਕਰ ਦੇਣੀ ਲਓ ਜੀ ਬਾਈ ਜੀ ਨੰਦਰ ਆ ਗਿਆ ਰੱਤੋਂ ਵਾਲਾ ਬਲੌਗ ਬਣਾਉਣ ਵਾਲਾ ਕੰਬਾਈਨ ਲੈ ਕੇ ਠੀਕ ਹੈ ਮਹਾਰਾਜ ਇਹ ਲੱਗਿਆ ਹੁਣ ਕਟਰ ਲਾਉਣ ਲੱਗੇ ਹਾਂ ਮੈਂ ਕਟਰ ਲਾ ਕੇ ਮਹਾਰਾਜ ਦਾ ਨਾਂ ਲੈ ਕੇ ਫਿਰ ਅਸੀਂ ਕੰਮ ਚਲਾ ਦੇਣਾ ਜੀ ਠੀਕ ਹੈ ਜੀ ਹਰਪ੍ਰਤਾਪ ਚੜ੍ਹ ਗਿਆ ਜੀ ਕੰਬਾਈਨ 'ਤੇ ਕਹਿੰਦਾ ਮੈਂ ਵੱਢੂੰਗਾ ਅੱਜ ਇਹਨੂੰ ਵੀ ਚਾਓ ਪੂਰਾ ਲੱਗਿਆ ਹੋਇਆ ਰੱਤੋਂ ਵਾਲਾ ਨਿੰਦਰ ਕਰਨ ਕੰਮ ਸੈੱਟ SMS ਤਾਰਤਾ ਥੱਲੇ ਆਪਾਂ ਨਾ ਗੁੱਜਰਾਂ ਨੂੰ ਚੁਕਾਉਣਾ ਪਿੱਛੋਂ ਫਿਰ ਬਾਅਦ 'ਚ ਕਟਰ ਮਾਰ ਕੇ ਤਾਂ ਕਰਕੇ SMS ਤਾਰਤਾ ਇਹਦਾ ਹੁਣ ਇਹ ਵਿਦਆਊਟ SMS ਹੀ ਚੱਲੂ ਕੰਮ ਠੀਕ ਹੈ ਜੀ ਹੁਣ ਲੈਂਦੇ ਹਾਂ ਮਹਾਰਾਜ ਨੌ ਫਿਰ ਚਲਾਉਂਦੇ ਹਾਂ ਲਓ ਜੀ ਕਾਲੇ ਨੇ ਮੱਥਾ ਟੇਕ ਲਿਆ ਮਸ਼ੀਨ ਤਾਰ ਲਈ ਖੇਤ 'ਚ ਇੱਧਰ ਦੂਜੀ ਮਸ਼ੀਨ ਵੀ ਤਿਆਰ ਆ ਅਖਬਾਰ ਵਾਲੀ ਸਾਈਡਾਂ ਵੱਢਣੇ ਇਹਨੂੰ ਚੱਲ ਵੀ ਨੰਦਰ ਲੈ ਰੱਬ ਦਾ ਨਾਂ ਲਓ ਜੀ ਪਹਿਲਾ ਤੁਰ ਪਿਆ ਅਕਬਰ ਮਹਾਰਾਜ ਦਾ ਨਾਂ ਲੈ ਕੇ ਹੋ ਗਈ ਕਿਰਪਾ ਬਾਈ ਜੀ ਬੰਦਾ ਗਿਆ ਲੜ ਪਿਆ ਕਾਲੇ ਨਾਲ ਵੀ ਮਸ਼ੀਨ ਪਰ ਬਹਿਣਾ ਅਸੀਂ ਕਿਹਾ ਕੋਈ ਨਾ ਬਿਠਾ ਲੈਂਦੇ ਹਾਂ ਕਾਲੇ ਨੂੰ ਮਿਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਔਰ ਇਹਦਾ ਹਾਲ ਚਾਲ ਵੀ ਪੁੱਛ ਲਓ ਠੀਕ ਹੈ ਬਾਈ ਹੁਣ ਤਾਂ ਫਰਕ ਹੈ ਅਜੇ ਇਹਦੇ ਨਾ ਕੋਡਾ ਨਹੀਂ ਹੋ ਹੁੰਦਾ ਹੈਗਾ ਬਾਈ ਅਸੀਂ ਪਿੱਛੇ ਮਸ਼ੀਨ ਦੇ ਪਿੱਛੇ ਦਾਣੇ ਦੇਖਦੇ ਸੀਗੇ ਮੈਨੂੰ ਕਹਿੰਦਾ ਬਾਈ ਤੂੰ ਹੀ ਦੇਖ ਵੀ ਮੇਤੇ ਤਾਂ ਐਵੇਂ ਨਹੀਂ ਹੋ ਹੁੰਦਾ ਬਾਈ ਝੁਗਣੇ ਨੂੰ ਫਿਰ ਥੋੜ੍ਹਾ ਜਿਹਾ ਦਾਣਾ ਦੂਣਾ ਬਾਈ ਜੀ ਕੋਈ ਪਿੱਛੇ ਨਹੀਂ ਹੈਗਾ ਬਹੁਤ ਵਧੀਆ ਕਟਾਈ ਹੋ ਰਹੀ ਮਾਰੀ ਕਿਰਪਾ ਨਾਲ ਚੱਲਦੀ ਆ ਜੀ ਮਸ਼ੀਨ ਵੀ ਪਿੱਛੇ ਨੰਦਰ ਲੱਗਿਆ ਹੋਇਆ ਰਤੋਂ ਵਾਲਾ ਵਧੀਆ ਚੱਲਦੀ ਆ ਹੁਣ ਖੇਤ ਵੀ ਗਿੱਲੇ ਨਰਮ ਹੈ ਪਰ ਚਲੋ ਉਨਾ ਵੀ ਨਹੀਂ ਹੈਗੇ ਠੀਕ ਹੈ ਮਸ਼ੀਨ ਚੱਲਣ ਜੋਗੇ ਆ ਨਾ ਗਾਲੇ ਇੰਨਾ ਤਾਂ ਨਹੀਂ ਹੈਗਾ ਵੀ ਬਹੁਤੀ ਦਬੀ ਜਾਂਦੀ ਆ ਠੀਕ ਆ ਬਾਈ ਜਿਹੋ ਜਿਹੇ ਖੇਤ ਹੋਏ ਫਿਰ ਤਾਂ ਚੱਲੂਗੀ ਆਰਾਮ ਤੇ ਇੰਨੇ ਦਾ ਕੋਈ ਚੱਕਰ ਨਹੀਂ ਹੈਗਾ ਬਸ ਠੀਕ ਹੈ ਮੇਰਾ ਵੀਰ ਹੁਣ ਲਾ ਦੇ ਦੋ ਦਿਹਾੜੀਆਂ ਅੱਜ ਕੱਲ੍ਹ ਦੀ ਕੋਈ ਚੱਕਰ ਨਹੀਂ ਮੈਂ ਚੱਕ ਦੇ ਫੱਟੇ ਬਾਈ ਵੱਢਣ ਵਾਸਤੇ ਯੋਗ ਕਰਿਆ ਹੋਇਆ ਕਿ ਨਹੀਂ ਠੀਕ ਆ ਜੀ ਠੀਕ ਆ ਗਾੜੀ ਚਲੋ ਦਿਖਾਉਂਦੇ ਜੀ ਫਿਰ ਤੁਹਾਨੂੰ ਮਸ਼ੀਨ ਬਾਕੀ ਲਓ ਜੀ ਬਾਓ ਜੀ ਆਪਣਾ ਪਹਿਲਾ ਬੱਬੂ ਜਿਹਾ ਭਰ ਗਿਆ ਲੱਗਿਆ ਮਾਮਾ ਟਰੈਕਟਰ ਲਿਆਉਣ ਨਿੰਦਰ ਵਾਜਾ ਵੀ ਮਾਰਨ ਲੱਗ ਗਿਆ ਹੋਰਨ ਦਾ ਮਾਰਿਆ ਨਹੀਂ ਨੇੜੇ ਖੜਾ ਸੀਗਾ ਮਾਮਾ ਕਹਿੰਦਾ ਲਿਆ ਮਾਮੇ ਲਿਆ ਇਹਦੇ ਹਿਸਾਬ ਨਾਲ ਵੀ ਜੀ ਲੱਗਦਾ ਗੇੜੇ ਦੇ ਹਿਸਾਬ ਨਾਲ ਇਹ 4 ਕਿੱਕੇ ਥੋਏ ਆ ਝਾੜ ਤਾਂ ਵਧੀਆ ਲੱਗਦਾ ਬਾਕੀ ਮੰਡੀ ਜਾ ਕੇ ਦੱਸਾਂਗੇ ਠੀਕ ਹੈ ਜੀ ਦੇਖੋ ਹੁਣ ਦਾਣਾ ਦੂਣਾ ਤੁਹਾਨੂੰ ਦਿਖਾਉਂਦੇ ਹਾਂ ਲੱਗੇ ਹਾਂ ਪਾਉਣ ਹੁਣ ਅਤੇ ਤੁਹਾਨੂੰ ਦਾਣਾ ਦਿਖਾਉਂਦੇ ਹਾਂ ਵੀ ਕਿਵੇਂ ਉਹ ਬੱਲਾਂ ਚੱਕ ਲਾ ਸਾਰੀਆਂ ਹਾਂ ਲਓ ਜੀ ਦਾਣੇ ਚੱਕ ਕਰਨ ਲੱਗੇ ਹਾਂ ਵੀ ਪਾਉਂਦੀ ਤਾਂ ਨਹੀਂ ਹੈਗੀ ਨਹੀਂ ਜੀ ਕੋਈ
ਭੰਨਣ ਭੁੰਨਣ ਵਾਲਾ ਕੰਮ ਹੈ ਨਹੀਂ ਗਾ ਮਾੜਾ ਮੋਟਾ ਚਲੋ ਹੁੰਦਾ ਹੀ ਆ ਸੈਟਾ ਜਮਾ ਮੋਇਸਚਰ ਦੇਖੋ ਜਮਾ ਹੀ ਕੋਈ ਮੋਇਸਚਰ ਨਹੀਂ ਹੈਗਾ ਉਹ ਠੀਕ ਹੈ ਨੰਦਰ ਕੋਈ ਬੰਦ ਹੀ ਬੰਦੀ ਨਹੀਂ ਹੈਗੀ ਓਕੇ ਆ ਤਾਂ ਡਰਾਈਵਰ ਕਹਾਂ ਥੱਲੇ ਉਤਰਨਾ ਆ ਜਾ ਆ ਜਾ ਝਾੜ ਤਾਂ ਠੀਕ ਲੱਗਦਾ ਨੰਦਰ ਠੀਕ ਲੱਗਦਾ ਝਾੜ ਖੇਤੀ ਉਹ ਭਰ ਗਿਆ ਹੁਣ ਤਾਂ ਹਨਾ ਪਿਛਲੇ ਸਾਲ ਹੀ ਤਾਂ ਭਰਦਾ ਖੇਤੀ ਠੀਕ ਆ ਬਾਈ ਠੀਕ ਆ ਜੀ ਉਹ ਵੀ ਕਿਰਪਾ ਮਹਾਰਾਜ ਦੀ ਹਰ ਪ੍ਰਤਾਪ ਮੋਇਸਚਰ ਚੈੱਕ ਕਰਨ ਲੱਗਿਆ ਹੋਇਆ ਦਿਖਾਈ ਤਾਂ ਦਾਣੇ ਦਿਖਾਈ ਦਾਣੇ ਦਿਖਾਈ ਮੁੱਠੀ ਚ ਰੱਖੇ ਹੋਏ ਆ ਆ ਦੇਖੋ ਮੁੱਠੀ ਦਾਣੇ ਦਿਖਾ ਸੁੱਕੇ ਆ ਹਰ ਪ੍ਰਤਾਪ ਗੁੱਡ ਗੁੱਡ ਸ਼ਾਬਾਸ਼ ਇਹ ਉੱਪਰ ਕਮੈਨ ਪਰ ਬੈਠ ਕੇ ਕਿਹੜਾ ਦਿਆ ਆ ਹੁਣ ਗਿਆ ਥੱਕ ਹੁਣ ਮਾਮੇ ਨਾਲ ਬੈਠ ਕੇ ਟਰੈਕਟਰ ਤੇ ਇੱਧਰ ਯੂਵੀ ਬੈਠਾ ਸਨੀ ਪਿੱਛੇ ਖੜਾ ਲੱਗਿਆ ਹੋਇਆ ਦਾਣੇ ਉਹ ਕਰਨ ਕਹੀ ਤਾਂ ਲੈ ਕੇ ਆਇਆ ਹੁਣ ਕਹੀ ਠੀਕ ਆ ਠੀਕ ਆ ਇੱਧਰ ਇੱਕ ਹੋਰ ਫੋਰਮੈਨ ਖੜਾ ਇਹ ਬਹੁਤ ਡਿੱਕੇ ਜਾਈਏ ਇੱਧਰ ਪੈਪ ਆ ਉੱਧਰ ਖੰਭਾ ਏ ਉੱਧਰ ਤਾਰ ਆ ਇਹ ਡਿੱਕਾ ਬਸ ਚੰਗਾ ਡਰਾਈਵਰ ਹੀ ਚੱਕ ਸਕਦਾ ਨਿੰਦਰ ਵਧੀਆ ਡਰਾਈਵਰ ਆ ਕੱਲ ਇਹ ਤਾਂ ਹੋ ਗਿਆ ਜਿੱਦਾਂ ਹੀ ਜਾਂਦਾ ਸੀਜ਼ਨ ਪਰ ਇਹ ਦੋ ਤਿੰਨ ਸਾਲ ਦੋ ਸੀਜ਼ਨ ਦੀ ਆ ਬਾਈ ਸੀਜ਼ਨ ਦਾ ਚੌਥਾ ਪੰਜਵਾਂ ਹੁਣ ਧਾਨਾ ਵਾਲਾ ਦੂ ਆਇਆ ਨਾ ਕਣਕ ਦਾ ਜਿਹੜਾ ਹੈਗਾ ਇਹ ਕਣਕ ਦਾ ਹੈਗਾ ਕਣਕ ਦਾ ਦੂਆ ਸੀਜ਼ਨ ਧਾਨਾ ਦਾ ਵੀ ਦੂਆ ਹੀ ਆ ਕਟਰ ਮਾਰਨ ਆ ਗਿਆ ਜੀ ਮੁੰਡਾ ਹੁਣ ਕਟਰ ਨਾਲ ਦੀ ਨਾਲੇ ਮਾਰ ਦੇਣਾ ਇੱਕ ਹਰਾ ਲਾਣਾ ਫਿਰ ਵੱਢਣਾ ਸੌਖਾ ਰਹਿੰਦਾ ਗੰਡਾਸਿਆਂ ਨੂੰ ਫਿਰ ਐਂ ਲਾਈਨ ਲੱਗੀ ਜਾਣੀ ਨੇ ਬਾਅਦ 2-4 ਦਿਨ ਸੁੱਕੇ ਦੇ ਇਹਨਾਂ ਨੇ ਆਪਣਾ ਚੱਕ ਲੈ ਜਾਣਾ ਇਹ 700 ਰੁਪਇਆ ਕਿੱਲੇ ਦਾ ਲੈਂਦਾ ਜੀ ਪਰ ਹੈ ਫਾਇਦਾ ਹੀ ਆ ਆਲੂ ਲਾਉਣ ਕਰਕੇ ਨਹੀਂ ਤਾਂ ਮੇਰੇ ਹਿਸਾਬ ਨਾਲ ਸੁਪਰ ਸੀਡਰ ਨਾਲ ਬੀਜ ਕੇ ਵੰਡੇ ਕਰੇ ਕੋਈ ਲੋੜ ਹੀ ਨਹੀਂ ਹੈ ਆਹ ਦੇਖ ਲਓ ਜੀ 4 ਬਿਘੇ ਤੋਂ ਉੱਪਰ ਵੱਢੇ ਆ ਬਾਕੀ ਆਹ ਚੱਲ ਰਿਹਾ ਕੰਮ ਮਸ਼ੀਨ ਵਧੀਆ ਚੱਲ ਰਹੀ ਆ ਧਾਨਾਂ ਦੇ ਮਹਾਰਾਜ ਦੀ ਕਿਰਪਾ ਨਾਲ ਪੂਰਾ ਝਾੜ ਆ ਵੀ ਜੇ ਜ਼ਿਆਦਾ ਨਹੀਂ ਤਾਂ 3 ਉੱਧਰ 2 ਇੱਧਰ 5 ਬੁੱਗੂ ਜੇ ਤਾਂ ਪੈਲੇ ਹੁਣ ਤੱਕ ਕਾਲਾ ਕਹਿੰਦਾ 75 ਕੁਇੰਟਲ ਜੀਰੀ ਪੈਂਦੀ ਹੈ ਟਰਾਲੀ ਕਾਲੇ ਦੀ ਆ ਇਹ ਹਾਂ ਕਿਵੇਂ ਝਾੜ ਕਿਵੇਂ ਲੱਗਦਾ ਹੈਂ ਪਿੱਛੇ ਤਾਂ ਪਿੱਛੇ ਸਾਲ ਵਾਲਾ ਝਾੜ ਆਊਗਾ ਹਨਾ ਜੀਰੀ ਵਧੀਆ ਜੀਰੀ ਵਧੀਆ ਹੈਂ ਉਹ ਖੇਤ ਸਾਰੇ ਤਗੜੇ ਆ ਉਰੇ ਖਿੱਚ ਕੰਮ ਨੂੰ ਮਾੜਾ ਜਿਹਾ ਲਓ ਜੀ ਦੇਖੋ ਜੀਰੀ ਐਨ ਸਾ ਕੋਈ ਉਹ ਨਹੀਂ ਹੈ ਕੋਈ ਕੁਛ ਨਹੀਂ ਮਾੜਾ ਮੋਟਾ ਚਲੋ ਡੱਕਾ ਫੱਕਾ ਜਿਹਾ ਆਉਂਦਾ ਇਹਦਾ ਇੰਨੀ ਕੋਈ ਖਾਸ ਡੱਕਾ ਨਹੀਂ ਹੈਗਾ ਠੀਕ ਹੈ ਜੀ ਠੀਕ ਹੈ ਸਾ ਵਿੱਚ ਤਾਂ ਹੱਥ ਮਾਰ ਦਿਆ ਕਰ ਚੱਲ ਚਲੋ ਜੀ ਚਲੋ ਮੈਂ ਹੁਣ ਕੰਮ ਕੁੰਮ ਕਰਕੇ ਵਿਹਲੇ ਹੋਏ ਹਾਂ ਜੀ ਰੋਟੀ ਖਾ ਲਈ 2 ਸੇਬ ਖਾ ਲਏ ਦੁੱਧ ਦੁੱਧ ਪੀ ਕੇ ਹੁਣ ਸੌ ਜਾਣਾ ਅਤੇ ਅੱਜ ਦੀ ਵੀਡੀਓ ਇੰਨੀ ਕੀ ਹੈ ਜੀ ਬਾਕੀ ਹੁਣ ਤੁਹਾਨੂੰ ਕੱਲ੍ਹ ਦਿਖਾਊਂਗਾ ਵੀ ਬੜਾਈ ਤੋਂ ਬਾਅਦ ਫਿਰ ਕਿੱਦਾਂ ਟਰਾਲੀਆਂ ਕੱਢੀਆਂ ਫਿਰ ਟਰਾਲੀਆਂ ਸਾਡੀਆਂ ਫਸ ਗਈਆਂ ਬਹੁਤ ਜ਼ੋਰ ਲੱਗਿਆ ਟਰੈਕਟਰਾਂ ਦਾ ਤਾਂ ਕੱਢੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਸਬਸਕ੍ਰਾਈਬ ਕਰੋ ਚੈਨਲ ਨੂੰ ਵੱਧ ਤੋਂ ਵੱਧ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ